ਸ਼ੀਤਲ ਮੈਨੂੰ ਮਿਲਿਆ ਘੱਟੋ ਘੱਟ ਡੇਢ ਸਾਲ ਬਾਅਦ ਸ਼ੀਤਲ ਮਿਲਿਆ ਯਾਰ ਰਾਤੀ ਇੰਨੀ ਖੁਸ਼ੀ ਹੋਈ ਹੈ ਮੈਂ ਕਿਹਾ ਯਾਰ ਆਉਣਾ ਆ ਇਹ ਫੇਰ ਵੀ ਬੇਚਾਰੇ ਕੋਸ਼ਿਸ਼ ਕੀਤੀ ਜਾਣ ਦੀ ਯਾਰ ਜੋ ਮਰਜ਼ੀ ਹੈ ਕਿਹੜੇ ਵਜੇ ਮਿਲ ਗਏ ਵਿਸ਼ਾਲ ਵਿਸ਼ਾਲ ਦੇ ਵਿਆਹ ਦੀ ਇੱਕ ਵਾਰ ਫੇਰ ਉਹਨੂੰ ਬਹੁਤ ਬਹੁਤ ਵਧਾਈ ਆਪਾਂ ਫਾਈਨਲੀ ਆ ਚੁੱਕੇ ਹਾਂ ਮੈਂ ਪਹੁੰਚ ਚੁੱਕਾ ਕਦੋਂ ਮਿਲਨੇ ਆਪਾਂ ਹੈ ਨੈਕਸਟ ਟਾਈਮ ਕਦੋਂ ਮਿਲਣਾ ਆਪਾਂ ਨੈਕਸਟ ਟਾਈਮ ਬਹੁਤ ਜਲਦੀ ਇੱਕ ਟੂਰ ਪਲਾਨ ਕਰਾਂਗੇ ਕਰ ਲਓ ਤੁਸੀਂ ਕਿੱਥੇ ਦਾ ਕਿੱਥੇ ਦਾ फाइनली अभी हम इंटर कर चुके हैं हिमाचल में और ये पीछे है हिमाचल का बॉर्डर हिमाचल पंजाब का बॉर्डर है मेरे पीछे आप देख पा रहे हैं ये और अब यहाँ से ना अपने विशु भाई का विशाल भाई का घर बचा है कितना अप्रॉक्सीमेट 60 किलोमीटर के आस 50-60 किलोमीटर मतलब एक घंटा और लगेगा यहाँ से तो अभी चलते हैं आगे ਝੁੱਟੇ ਇੱਥੋਂ 37 ਕਿਲੋਮੀਟਰ ਆ ਹੈ 37 ਕਿਲੋਮੀਟਰ ਹੈ ਇਸੇ ਇਹ ਟਰੈਕ ਆ ਸਹੀ ਹੈ ਦੂਸਰਾ ਤਲਵਾੜੇ ਵਾਲੇ ਹਾਂ ਗੋਲਡਨ ਰੋਡ ਤੇ ਲੋ ਤਲਵਾੜੇ ਵਾਲੇ ਉਹੀ ਹੈ ਨਾ ਹਾਂ ਤਲਵਾੜੇ ਵਾਲਾ ਹੈ ਕਸਰੀ ਹਾਂ ਉੱਥੇ ਉਹ ਗੱਡ ਪੌਂਗੜਾ ਵਾਲਾ ਜਿਹੜਾ ਉੱਥੇ ਮੁੜਦਾ ਉਹ ਅੰਦਰ ਨੂੰ ਦੇਖਿਆ ਮੈਂ फाइनली अभी हम पहुंच चुके थे दौलतपुर रोड पे और यहाँ पे अपने विशाल भाई का घर है अप्रॉक्सीमेट 30 किलोमीटर के आसपास तो जल्दी अभी हम पहुंच जाएंगे उनके घर और वहीं चल के दिखाते हैं क्या माहौल बनने वाला है आज कुछ सरप्राइज भी है ना यहाँ पे बिल्कुल बिल्कुल तो सखी भाजी कह रहे हैं आप सबके लिए ना एक सरप्राइज है वहीं चल के रात है ना सवेरे दिन रात ना पाए चैना सुन लेना तुम्हें चाकर भी ना चाहे करे जो मन मानिए मन ना माने मिली जो ये जो याद मिल के अब बाटे तेरे नाम सुना सफर पर प्रेम नगर है मिल पाएंगे क्या हम तुमसे जो रात बीती सुबह तो आई ना छोटी उम्र पर बड़ी नजर है मिल जाएंगे फाइनली पहुंच चुके हैं विशाल ਦੇ ਘਰ ਆਪਾਂ ਤੇ ਸ਼ੀਤਲ ਵੀ ਰੈਡੀ ਹੋ ਗਿਆ ਸ਼ੀਤਲ ਗਿੱਟ ਗਿਆ ਕਿੱਟ ਲਾ ਲਾ ਨਹੀਂ ਕੀ ਹੋਇਆ ਕੀ ਗਿੱਟ ਕਿ ਬੈਗ ਲਾ ਲਾ ਤੇ ਬਾਜੀ ਉਹ ਨੈਨੋ ਦਾ ਬੇਚ ਪਈ ਆ ਕਿੱਦਾਂ ਬੜਾ ਗਿਆ ਲਾ ਇਹ ਬਲੌਗ ਬਣਾ ਰਹੇ ਰੱਡ ਵੀ ਬਹੁਤ ਬਹੁਤ ਮੁਬਾਰਕਾਂ ਵਿਸ਼ਾਲ ਭਾਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹੈ ਤੁਸੀਂ ਪਹੁੰਚੇ ਸਾਰੇ ਮੈਨੂੰ ਇਹਦੀ ਖੁਸ਼ੀ ਆ ਪਤਾ ਨਾਲੇ ਅੱਛਾ ਹੋਰੇ ਹੋਰੇ ਇਹਨੂੰ ਰਾਤੀ ਇਹਨੂੰ 11 ਵਜੇ ਰਾਤੀ ਪਿੱਕ ਕੀਤਾ ਰਾਤੀ 11 ਵਜੇ ਫੋਨ ਮਾਰੀ ਜਾਂਦਾ ਮੈਨੂੰ ਕਹਿੰਦਾ ਮੈਂ ਆ ਨਹੀਂ ਪਾਉਂਗਾ ਇਹ ਹੈ ਉਹ ਹੈ ਮੈਂ ਇਹ ਕੀ ਸੀ ਨਾ ਯਾਰ ਉਹਨੂੰ ਪਤਾ ਸੀ ਤੈਨੂੰ ਮੈਨੂੰ ਪਤਾ ਮੈਂ ਲੈ ਕੇ ਆਣਾ ਸੀ ਉਹਨੂੰ ਲੈ ਕੇ ਆਇਆ ਸੱਗੀ ਬੰਦਾ ਖਤਰਨਾਕ ਸ਼ੀਤਲ ਭਾਈ ਪਹੁੰਚ ਚੁੱਕੇ ਹੈ ਜੀ ਬਹੁਤ ਕਾਫੀ 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 ਘਰ ਕਿਦਾਂ ਸ਼ਾਦੀ ਕੇ ਘਰ ਕਸਬਾ ਕੋਟਲਾ ਹਿਮਾਚਲ ਕੇ ਔਰ ਯਹਾਂ ਪੇ ਦੇਖੋ ਪੂਰਾ ਪ੍ਰੋਗਰਾਮ ਚੱਲ ਰੱਖਾ ਸ਼ਾਦੀ ਕਾ ਹਾਂ ਹਾਂ ਚੱਲ ਐਕਚੁਅਲੀ ਕਾਫੀ ਟਾਈਮ ਲੱਗ ਗਿਆ ਯਾਰ ਬਹੁਤ ਦੂਰ ਆ ਯਾਰ ਟਾਈਮ ਬਹੁਤ ਹਾਂ ਸਹੀ ਹੈ ਮਸਤ ਤਰ ਸਤ ਤਰ ਫਸਟ ਟਾਈਮ ਫਸਟ ਟਾਈਮ ਆਇਆ ਨਾ ਫਰਕ ਪੈਂਦਾ ਯਹਾਂ ਫਰਕ ਪੈਂਦਾ ਹੀ ਆ ਕਾਫੀ ਕਾਫੀ ਦੂਰ ਲੱਗਿਆ ਯਾਰ ਹਾਂ ਫਸਟ ਟਾਈਮ ਦਾ ਚੱਕਰ ਤੇ ਐਦਾਂ ਸੀਗਾ ਨਾ ਜਿੱਦਾਂ ਆਪਾਂ ਲੋਕਲ ਸਫਰ ਕਰੀਦਾ ਉਹ ਅਲੱਗ ਸਫਰ ਆ ਇਹ ਸਫਰ ਦੂਰ ਪਿਆ ਥੋੜਾ ਜਿਹਾ ਬਾਕੀ ਵਿਸ਼ਾਲ ਆ ਰਿਹਾ ਹੈ ਤਾਂ ਦੇਖਦੇ ਆਪਾਂ ਕੀ ਪ੍ਰੋਗਰਾਮ ਆ ਗਿਆ ਸਾਡੇ ਸਾਡੇ ਮਿਲਣਾ ਹੈ ਯਾਰ ਮੈਂ ਕਿਹਾ ਮਿਲੋ ਯਾਰ ਤੁਹਾਨੂੰ ਹੋਰ ਕਿਆ ਗੱਲਬਾਤ ਕਰੋ
ਰਾਤ ਵਾਲਾ ਪ੍ਰੋਗਰਾਮ ਹੈ ਫਿਰ ਚੱਲ ਪੈਂਦਾ ਕੰਮ ਹਾਂ ਰਾਤ ਦਾ ਹੋਵੇ ਫੇ ਆ ਆਪਾਂ ਹੁਣ ਦੂਰ ਵੀ ਮਤਲਬ 70-80 ਕਿਲੋਮੀਟਰ ਵਾਪਸ ਜਾਣਾ ਫਿਰ ਔਖਾ ਹੁੰਦਾ ਨਾ ਜਾਣ ਨਾ ਬਾਕੀ ਸਭ ਵਧੀਆ ਰਿਹਾ ਮਜ਼ਾ ਕਰਿਆ ਇੰਜੋਏ ਕਰਿਆ ਵਿੱਚ ਥੋੜਾ ਜਿਹਾ ਰੋਡ ਖਰਾਬ ਸੀਗਾ ਰੋਡ ਖਰਾਬ ਸੀ ਵਿੱਚ ਥੋੜਾ ਜਿਹਾ ਬਾਕੀ ਵਿਸ਼ਾਲ ਦਾ ਘਰ ਵਾ ਜੀ ਇਹ ਕਸਬਾ ਕੋਟਲਾ ਕਸਬਾ ਕੋਟਲਾ ਗਾਓਂ ਆ ਪਿੰਡ ਕਹਿ ਦਿੰਦੇ ਆਪਾਂ ਪਿੰਡ 'ਚ ਪੰਜਾਬੀ ਪਿੰਡ ਕਹਿ ਦਿੰਦੇ ਹਾਂ ਨਾ ਤਾਂ ਕਰਕੇ ਫਿਰ ਬਾਕੀ ਵਿਸ਼ਾਲ ਭਾਜੀ ਆ ਚੁੱਕੇ ਨੇ ਭਾਬੀ ਕਿੱਥੇ ਵਿਸ਼ਾਲ जो मर्जी करता ਅੱਜ ਆਪਾਂ ਕਾਫੀ ਡਾਂਬਾ ਇਕੱਠੇ ਹੋਏ ਆਪਾਂ ਲੱਦਾਖ ਜਿਲ੍ਹਾ ਆਪਾਂ ਸਾਰੇ ਜਣੇ ਗਏ ਸੀ ਇੱਕ ਸਾਡੇ ਬੰਦਾ ਮਿਸ ਵਾ ਬਾਬਾ ਜੀ ਮਿਸ ਹੈਗੇ ਆ ਬਾਬਾ ਜੀ ਨਹੀਂ ਆ ਸਕੇ ਬਹੁਤ ਦੂਰ ਆ ਛੱਤੀਸਗੜ੍ਹ ਤੋਂ ਨਹੀਂ ਆ ਸਕਦੇ ਸੀ ਪਰ ਆਪਾਂ ਇਕੱਠੇ ਹੋਏ ਆ ਬੜੀ ਖੁਸ਼ੀ ਵਾਲੀ ਗੱਲ ਆ ਬਹੁਤ ਟਾਈਮ ਬਾਅਦ ਇਕੱਠੇ ਹੋਏ ਯਾਰ ਆਪਾਂ ਵਿਸ਼ਾਲ ਤਾਂ ਵੈਸੇ ਆਪਾਂ ਵਿਸ਼ਾਲ ਵਰੁਣ ਮਿਲਦੇ ਰਹਿੰਦੇ ਆ ਸ਼ੀਤਲ ਮੈਨੂੰ ਮਿਲਿਆ ਘੱਟੋ ਘੱਟ ਡੇਢ ਸਾਲ ਬਾਅਦ ਸ਼ੀਤਲ ਮਿਲਿਆ ਯਾਰ ਰਾਤੀ ਇੰਨੀ ਖੁਸ਼ੀ ਹੋਈ ਆ ਮੈਂ ਕਿਹਾ ਯਾਰ ਆਉਣਾ ਆਉਣਾ ਆ ਇਹ ਫੇਰ ਵੀ ਬੇਚਾਰੇ ਕੋਸ਼ਿਸ਼ ਕੀਤੀ ਜਾਣ ਦੀ ਯਾਰ ਜੋ ਮਰਜ਼ੀ ਆ ਯਾਰ ਰਾਤੀ 11 ਵਜੇ ਵੇਟ ਕੀਤੀ ਘਰ ਸੀਗਾ ਇਹ ਵਿਸ਼ਾਲ ਦੇ ਵਿਆਹ ਦੀ ਬਹੁਤ ਬਹੁਤ ਵਧਾਈ ਆਪਾਂ ਫਾਈਨਲੀ ਆ ਚੁੱਕੇ ਹਾਂ ਮੈਂ ਪਹੁੰਚ ਚੁੱਕਾ ਕਦੋਂ ਮਿਲਨੇ ਆਪਾਂ ਹੈ ਨੈਕਸਟ ਟਾਈਮ ਕਦੋਂ ਮਿਲਣਾ ਆਪਾਂ ਨੈਕਸਟ ਟਾਈਮ ਬਹੁਤ ਜਲਦੀ ਇੱਕ ਟੂਰ ਪਲਾਨ ਕਰਾਂਗੇ ਕਰ ਲਓ ਤੁਸੀਂ ਕਿੱਥੇ ਦਾ ਕਿਤੇ ਦਾ ਵੀ
यार दोस्त मिलते रहने बहुत वधिया गल है यार। ठीक है शीतल भाजी, विशाल सारे मिलते रहने फिर भी शीतल बहुत टाइम बाद मिले। चलो ठीक है, थैंक यू शीतल जी, फिर भी बहुत बहुत शुक्रिया, बहुत बहुत भाजी मिल जाए। ओके वरुण भाजी।